ਸੋ ਅੱਗੇ ਵਧਦੇ ਖ਼ਬਰਾਂ 'ਚ ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਣ ਅਧੀਨ ਪੈਂਦੇ ਕਰਿਆਲਾ ਵਿਖੇ ਸੀਮੈਂਟ ਸਟੋਰ ਦੇ ਕੁਝ ਅਣਪਛਾਤੇ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਗੋਲੀ ਚਲਾ ਕੇ ਫਰਾਰ ਹੋ ਗਏ, ਜਿਨ੍ਹਾਂ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਸੀਮੈਂਟ ਸਟੋਰ ਤੇ ਕੰਮ ਕਰਦੇ ਕਰਿੰਦੇ ਨੇ ਦੱਸਿਆ ਕਿ ਇੱਕ ਮਹੀਨੇ ਤੋਂ ਲਗਾਤਾਰ ਸੀਮੈਂਟ ਸਟੋਰ ਦੇ ਮਾਲਕ ਸੰਦੀਪ ਕੁਮਾਰ ਜੁਲਕਾ ਨੂੰ ਫੋਨ ਤੇ ਪ੍ਰਭ ਨਾਮਕ ਵਿਅਕਤੀ ਦੇ ਵੱਲੋਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ ਕਿ ਉਸ ਨੂੰ 10 ਲੱਖ ਰੁਪਇਆ ਫਿਰੌਤੀ ਦਿੱਤੀ ਜਾਵੇ, ਜੇ ਫਿਰੌਤੀ ਨਾ ਦਿੱਤੀ ਗਈ ਤਾਂ ਤੁਹਾਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਡਰਾਈਵਿੰਗ ਦੌਰਾਨ ਇੱਕ ਗੋਲੀ ਦੁਕਾਨ ਦੇ ਸਾਹਮਣੇ ਲੱਗੇ ਕੈਬਿਨ ਦੇ ਸ਼ੀਸ਼ੇ ਦੇ ਵਿੱਚ ਲੱਗੀ ਅਤੇ ਇੱਕ ਗੋਲੀ ਉਹਨਾਂ ਵਿਅਕਤੀਆਂ ਦੇ ਵੱਲੋਂ ਕੁਝ ਅੱਗੇ ਜਾ ਕੇ ਚਲਾਈ ਗਈ। ਫਿਲਹਾਲ ਮੌਕੇ ਤੇ ਪਹੁੰਚੇ ਥਾਣਾ ਸਿਟੀ ਪੱਟੀ ਦੇ DSP ਕਵਲਪ੍ਰੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਹਨਾਂ ਦੇ ਵੱਲੋਂ FIR ਦਰਜ ਕਰ ਲਈ ਗਈ ਹੈ ਅਤੇ ਜਲਦੀ ਹੀ ਇਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਅਣਪਛਾਤੇ ਹੀ ਆ ਬੰਦੇ ਦੇ ਨਾਂ ਦਾ ਨਹੀਂ ਪਤਾ ਤੇ ਫੋਨ ਕਰਦੇ ਧਮਕੀਆਂ ਦਿੰਦੇ ਸੀ ਬਾਊ ਨੂੰ ਕਿ 10 ਲੱਖ ਰੁਪਈਆ ਦਓ। ਅਸੀਂ ਤਾਂ ਹੈ ਨਹੀਂ ਇੱਥੇ, ਉਹ ਗਏ ਸੀ ਕਿਤੇ ਦਵਾਈ ਲੈਣ ਗਏ ਸੀ ਅਤੇ ਅਸੀਂ ਦੁਕਾਨ 'ਤੇ ਸੀ। ਮੈਂ ਅੰਦਰੋਂ ਉੱਠ ਕੇ ਅਤੇ ਬਾਹਰ ਸਰੀਆ ਲੱਗਾ ਸੀ ਬੰਨਣ ਅਤੇ ਇੱਕੇਦਮ ਗੋਲੀ ਚੱਲੀ ਆ, ਉਹ ਵੀ ਮੁੰਡਾ ਗਾਂਹ ਲੰਘ ਗਿਆ ਅਤੇ ਮੈਂ ਅਜੇ ਉੱਥੇ ਸੀ, ਸਿੱਧੀ ਸਿਰ ਦੇ ਉੱਤੋਂ ਉਹਦੀ ਸ਼ੀਸ਼ੇ ਦੇ ਵਿੱਚ ਵੱਜੀ ਆ ਪੈਰੋਂ ਸਪਲੈਂਡਰ 'ਤੇ, ਦੋ ਜਣੇ ਸੀ ਅਤੇ ਮੂੰਹ ਵੱਧੇ ਸੀ। ਪੁਲਿਸ ਆਈ ਆ ਅਤੇ ਹੁਣ ਕਾਰਵਾਈ ਕਰਨ ਅਤੇ ਉਹਨਾਂ 'ਤੇ ਬੰਦੀ ਕਾਰਵਾਈ ਕੀਤੀ ਜਾਵੇ, ਬੰਦੇ ਫੜੇ ਜਾਣ ਜਿਹੜੇ ਇਸ ਤਰ੍ਹਾਂ ਸ਼ਰਿਆਂ ਗੋਲੀਆਂ ਚਲਾਉਂਦੇ ਦਿਨ ਦਿਹਾੜੇ, ਹੁਣ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਇੱਥੇ। ਮਾਮਲਾ ਕ੍ਰਿਸ਼ਨ ਸੀਮੈਂਟ ਸਟੋਰ ਹੈ, ਇਹਦੇ ਮਾਲਕ ਹੈ ਕ੍ਰਿਸ਼ਨ ਕੁਮਾਰ ਜੀ, ਪਟਿਆਲੇ ਦੇ ਰਹਿਣ ਵਾਲੇ। ਇਹਨਾਂ ਦੀ ਰਿਹਾਇਸ਼ ਉੱਪਰ ਥੱਲੇ ਸ਼ੋਪਸ ਨੇ, ਉੱਪਰ ਰਿਹਾਇਸ਼ ਹੈ। ਕਰੀਬ 2 ਵਜੇ ਦੇ ਕਰੀਬ ਜਿਹੜੇ ਆ ਦੋ ਅਨਨੋਨ ਮੋਟਰਸਾਈਕਲਿਸਟ ਆਏ, ਉਹਨਾਂ ਨੇ ਇਹਨਾਂ ਦੇ ਸ਼ੋਪ 'ਤੇ ਜਿਹੜਾ ਇੱਕ ਦਵਾਈ ਪੈਕ ਕੀਤਾ। ਇਸ ਤੋਂ ਪਹਿਲਾਂ ਵੀ ਕਰੀਬ 1.5 ਮਹੀਨਾ ਪਹਿਲਾਂ ਇਹਨਾਂ ਤੋਂ ਕੋਈ ਇਹਨਾਂ ਨੂੰ ਕਾਲ ਆਈ ਸੀ ਜਿਹਦੇ ਵਿੱਚ ਕੋਈ ਅਨਨੋਨ ਬੰਦਾ ਜਿਹੜਾ ਜੀ ਇਹਨਾਂ ਤੋਂ ਪੈਸਿਆਂ ਦੀ ਡਿਮਾਂਡ ਕਰਦਾ ਸੀ, ਬਾਅਦ 'ਚ ਉਹ ਸਾਈਲੈਂਟ ਹੋ ਗਿਆ। ਅੱਜ ਫਿਰ ਇਹਨਾਂ ਨੇ FIR ਕੀਤਾ ਹੈ, ਇਸ ਸੰਬੰਧ 'ਚ ਜਿਹੜਾ FIR ਦਰਜ ਕਰਕੇ ਜਲਦੀ ਇਹ ਜਿਹੜੇ ਅਸੀਂ ਅਰੈਸਟ ਕਰਾਂਗੇ। ਫਿਰੌਤੀ ਨਾ ਦੇਣ ਤੇ ਅਣਪਛਾਤਿਆਂ ਦੇ ਵੱਲੋਂ ਇਹ ਫਾਇਰਿੰਗ ਕੀਤੀ ਗਈ, ਦੁਕਾਨ ਦੇ ਬਾਹਰ ਫਾਇਰਿੰਗ ਕੀਤੀ ਗਈ ਜੋ ਕਿ ਸੀਮੈਂਟ ਸਟੋਰ ਦਾ ਮਾਲਕ ਹੈ, ਉਸਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ, 10 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ।